ਤੇ ਸਾਡੇ ਨਾਲ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਬੁਰਾ ਵਿਵਹਾਰ ਕੀਤਾ। ਸਾਡੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ, ਧੀਆਂ ਭੈਣਾਂ ਦੇ ਡੰਡਾਂ ਦੀਆਂ ਜਿਹੜੇ ਹੋਜਾਂ ਨੇ ਉਹ ਮਾਰੀਆਂ ਗਈਆਂ। ਸਾਡੇ ਨਾਲ ਜਿਹੜੀ ਇੱਕ ਮਹਿਲਾ ਅਧਿਆਪਕ ਸੀ ਜੀ, ਉਹ ਫੱਟੜ ਹੋ ਗਈ ਤੇ ਉਸਨੂੰ ਹਸਪਤਾਲ ਦੇ ਵਿੱਚ ਰੈਫਰ ਕਰਵਾਇਆ। ਅਸੀਂ ਬੀ ਆਈ ਟੈਟ ਪਾਸ ਯੂਨੀਅਨ ਵੱਲੋਂ ਐਸ ਐਸ ਟੀ ਪੰਜਾਬੀ ਹਿੰਦੀ ਦੀਆਂ 9000 ਪੋਸਟਾਂ ਦੇ ਇਸ਼ਤਿਹਾਰੇ ਜਾਰੀ ਕਰਵਾਉਣ ਦੇ ਸੰਬੰਧ ਵਿੱਚ ਵਾਰ ਵਾਰ ਪ੍ਰੋਟੈਸਟ ਕਰ ਰਹੇ ਹਾਂ। ਸਰ, ਅਸੀਂ ਨਾ ਪੌਣੇ 5 ਸਾਲ ਤੋਂ ਜਿਹੜੇ ਪ੍ਰੋਟੈਸਟ ਜਿਹੜੇ ਕਰਦੇ ਆ ਰਹੇ ਹਾਂ। ਮੰਤਰੀ ਬਦਲੇ, ਸਿੱਖਿਆ ਮੰਤਰੀ ਬਦਲਿਆ, ਕੈਬਨਿਟਾਂ ਚੇਂਜ ਹੋਈਆਂ, ਹਜੇ ਤੱਕ ਸਾਡਾ ਜਿਹੜਾ ਕੋਈ ਵੀ ਹੱਲ ਨਹੀਂ ਹੋਇਆ। ਕੱਲ੍ਹ ਵੀ ਸਾਨੂੰ ਲਾਰਾ ਲਾਇਆ ਗਿਆ ਸੀਗਾ ਵੀ ਤੁਹਾਡਾ ਜਿਹੜਾ ਨੋਟੀਫਿਕੇਸ਼ਨ ਆ ਜੋ ਜਾਰੀ ਕਰ ਦਿੱਤਾ ਜਾਊਗਾ। ਹਾਂਜੀ, ਬੀ ਏ ਟੈਟ ਪਾਸ ਬੇਰਗ ਅਧਿਆਪਕ ਯੂਨੀਅਨ ਵੱਲੋਂ ਲਗਭਗ ਸਾਡੇ ਪੌਣੇ 5 ਸਾਲ ਤੋਂ ਜਿਹੜਾ ਆਪਣੀ ਐਸ ਐਸ ਟੀ ਹਿੰਦੀ ਪੰਜਾਬੀ ਦੀਆਂ ਪੋਸਟਾਂ ਦੇ ਇਸ਼ਤਿਹਾਰ ਨੂੰ ਲੈ ਕੇ ਲੜਾਈ ਆ ਜਿਹੜੀ ਚੱਲ ਰਹੀ ਆ। ਸਾਡੇ ਦੋ ਸਾਥੀ ਜਲੰਧਰ ਪਾਣੀ ਵਾਲੀ ਟੈਂਕੀ ਦੇ ਉੱਪਰ ਡਟੇ ਹੋਏ ਨੇਗੇ ਪਿਛਲੀ 28 ਤਰੀਕ ਤੋਂ। ਉਹਨਾਂ ਦੇ ਵਿੱਚ ਇੱਕ ਸਾਥੀ ਨੂੰ ਲਗਭਗ 100 ਦਿਨ ਹੋਣ ਜਾ ਰਿਹਾ ਹੈਗਾ ਟੈਂਕੀ ਦੇ ਉੱਪਰ ਬੈਠਿਆਂ ਨੂੰ। ਕੱਲ੍ਹ ਅਸੀਂ ਇਹਨਾਂ ਦੀ ਕੋਠੀ ਦਾ ਘਿਰਾਓ ਕੀਤਾ ਸੀਗਾ ਪ੍ਰਗਟ ਸਿੰਘ ਜੀ ਦਾ, ਕਿਉਂਕਿ ਜਦੋਂ ਦੇ ਇਹ ਸਿੱਖਿਆ ਮੰਤਰੀ ਬਣੇ ਨੇ ਲਾਰਾ ਅਤੇ ਲਾਰਾ ਨੇ ਜਿਹੜੇ ਉਹ ਸਾਨੂੰ ਦੇ ਰਹੇ ਨੇ। ਕੱਲ੍ਹ ਵੀ ਇਹਨਾਂ ਨੇ ਆਪਣੇ ਪੀਏ ਨਾਲ ਗੱਲ ਕਰਵਾਈ ਸੀਗੀ ਜਿਹਦੇ ਵਿੱਚ ਅੱਜ ਸਾਡਾ ਮਸਲਾ ਹੱਲ ਕਰਨ ਦਾ ਇਹਨਾਂ ਨੇ ਭਰੋਸਾ ਦਿੱਤਾ ਸੀਗਾ ਵੀ ਤੁਹਾਡੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਊਗਾ। ਅਸੀਂ ਉਹ ਭਰੋਸਾ ਲੈ ਕੇ ਅਸੀਂ ਵਾਪਸ ਚਲੇ ਗਏ ਸੀਗੇ, ਪਰ ਅੱਜ ਅਸੀਂ ਇੰਤਜ਼ਾਰ ਕਰਨ ਤੋਂ ਬਾਅਦ ਅਸੀਂ ਕੋਠੀ ਵੱਲ ਨੂੰ ਮਾਰਚ ਕਰਨ ਆ ਰਹੇ ਸੀਗੇ, ਜਿੱਥੇ ਇੱਥੇ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਬਦਸਲੂਕੀ ਜਿਹੜੀ ਇਹਨਾਂ ਨੇ ਮਤਲਬ ਕਿ ਇੱਕ ਅਣਮਨੁੱਖੀ ਜਿਹੜਾ ਇਹਨਾਂ ਨੇ ਵਰਤਾਰਾ ਉਹ ਕੀਤਾ, ਹੁੱਜਾਂ ਮਾਰਨੀਆਂ, ਉਹ ਵੀ ਧੀਆਂ ਭੈਣਾਂ ਦੇ ਪੇਟ ਦੇ ਵਿੱਚ ਹੁੱਜਾਂ ਮਾਰਨੀਆਂ, ਇਹ ਕਿੱਥੋਂ ਤੱਕ ਦੀ ਜਿਹੜੀ ਹੈਗੀ ਆ ਸਮਝਦਾਰੀ ਵਾਲੀ ਗੱਲ ਆ। ਅਤੇ ਮੈਂ ਤਾਂ ਮਹਿਲਾ ਮਨੁੱਖੀ ਅਧਿਕਾਰ ਕਮਿਸ਼ਨ ਦੀ ਬੀਬੀ ਜੀ ਨੂੰ ਵੀ ਅਪੀਲ ਕਰੂੰਗਾ ਵੀ ਉਹ ਬਹੁਤ ਐਕਟਿਵ ਨੇ, ਵੀ ਉਹ ਇਸ ਮਸਲੇ ਵੱਲ ਵੀ ਧਿਆਨ ਦੇਣ, ਬਣਦੀ ਜਿਹੜੀ ਕਾਰਵਾਈ ਆ ਉਹ ਇਹਨਾਂ ਖਿਲਾਫ਼ ਕਰਨ। ਅਤੇ ਦੂਜੀ ਗੱਲ, ਜਿੰਨਾ ਟਾਈਮ ਸਾਡੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਹੁੰਦਾ ਅਸੀਂ ਮਰਨ ਮਿਟਣ ਲਈ ਤਿਆਰ ਆ, ਕਿਉਂਕਿ 5 ਸਾਲ ਤੋਂ ਅਸੀਂ ਇਹਨਾਂ ਦੇ ਲਾਰੇ ਸੁਣ ਰਹੇ ਹਾਂ, ਹੁਣ ਅਸੀਂ ਇਹਨਾਂ ਦੇ ਲਾਰਿਆਂ ਦੇ ਵਿੱਚ ਨਹੀਂ ਆਵਾਂਗੇ, ਅਸੀਂ ਕਰੋ ਜਾਂ ਮਰੋ ਦੀ ਨੀਤੀ ਦੇ ਤਹਿਤ ਚੱਲਾਂਗੇ। ਹੁਣ ਪੁੱਛਾਂਗੇ ਕਿ ਤੁਸੀਂ ਗਾਲਾਂ ਵੀ ਕੱਢਦੇ, ਚੁੰਡੀਆਂ ਵੀ ਵੜਦੀਆਂ ਛੋੜੀਆਂ, ਲੇਡੀ ਚੁੰਡੀਆਂ ਵੜਦੀਆਂ ਸਾਡੀਆਂ ਪੱਗਾਂ ਨਹੀਂ ਲਈ ਭੈਣਾਂ ਰੋਂਦੀਆਂ ਵੀ ਨਜ਼ਰ ਆ ਰਹੀਆਂ ਨੇ, ਤੁਸੀਂ ਦੇਖ ਸਕਦੇ ਮੌਕੇ ਲਾਈਵ ਤਸਵੀਰ ਬਿਲਕੁਲ ਤੁਹਾਨੂੰ ਦੱਸ ਦਈਏ ਜੋ ਕਿ ਪੰਜਾਬ ਪੁਲਿਸ ਵੱਲੋਂ ਕੁੜੀਆਂ ਦੇ ਢਿੱਡ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਨੇ, ਤੁਹਾਨੂੰ ਦੱਸ ਦਈਏ ਦਿਖਾ ਸਕਦੇ।